550 ਪ੍ਰਕਾਸ਼ ਪੁਰਬ ਨੂੰ ਲੈ ਕੇ ਸਰਕਾਰ ਵੱਲੋਂ ਕਾਫੀ ਵੱਡੇ ਪੱਧਰ ਦੇ ਉੱਪਰ ਤਿਆਰੀਆਂ ਕੀਤੀਆਂ ਗਈਆਂ ਨੇ। ਫੁਲਵਾੜੀ ਵੀ ਸਜਾਈ ਗਈ ਆ, ਪਰ ਇੱਕ ਗੱਲ ਬੜੀ ਦੁੱਖ ਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੁਲਾਈ ਦੇ ਵਿੱਚ ਫੁਲਵਾੜੀ ਇੱਕ ਸਜਾਈ ਗਈ ਸੀ 6 ਕਿਲਿਆਂ ਦੇ ਵਿੱਚ, ਪਰ ਐਨ ਮੌਕੇ ਦੇ ਆ ਕੇ ਉਸਦਾ ਟਾਈਮ ਚੇਂਜ ਕਰ ਦਿੱਤਾ ਗਿਆ ਅਤੇ ਜਗ੍ਹਾ ਚੇਂਜ ਕਰ ਦਿੱਤੀ ਗਈ, ਜਿਸ ਦੇ ਨਾਲ ਹੁਣ ਥੋੜ੍ਹੀ ਜਿਹੀ ਔਖ ਜ਼ਰੂਰ ਆ ਰਹੀ ਹੈ। ਪਰ ਸੰਗਤ ਦੇ ਹੌਸਲੇ ਬੁਲੰਦ ਦਾ ਗੱਲਬਾਤ ਕਰਦੇ ਹਾਂ ਰਵਨੀਤ ਸਿੰਘ ਬਿੱਟੂ, ਆਪ ਖੁਦ ਪਹੁੰਚੇ ਨੇ ਇਸ ਜਗ੍ਹਾ ਦਾ ਜਾਇਜ਼ਾ ਲੈਣ ਅਤੇ ਗੱਲਬਾਤ ਕਰਦੇ। ਬਿੱਟੂ ਜੀ, ਦੁੱਖ ਹੋਇਆ ਸੁਣ ਕੇ ਕਿ ਪਹਿਲਾਂ 6 ਕਿਲਿਆਂ ਦੇ ਵਿੱਚ ਫੁਲਵਾੜੀ ਕਿਤੇ ਹੋਰ ਸੱਜੀ ਸੀਗੀ ਜੁਲਾਈ ਤੋਂ ਸ਼ੁਰੂ ਆ ਰਹੇ, ਤਾਂ ਹੁਣ ਇੱਕਦਮ ਜਗ੍ਹਾ ਚੇਂਜ ਹੋ ਗਈ, ਕੀ ਕਾਰਨ ਕੀ ਰਿਹਾ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਅਤੇ ਤੁਹਾਡੇ ਰਾਹੀਂ ਜਿਹਦੇ ਵੀ ਇਸ ਪਵਿੱਤਰ ਧਰਤੀ 'ਤੇ 550 ਸਾਲਾ ਗੁਰੂ ਨਾਨਕ ਦੇਵ ਜੀ ਦੇ, ਕਿਉਂਕਿ ਤੁਸੀਂ ਲੱਖਾਂ ਤੁਹਾਡੇ ਦਰਸ਼ਕ ਵਿਊਅਰਸ ਸਟੂਡੀਓ 'ਚ ਬੈਠੇ ਜਿਨ੍ਹਾਂ ਨੇ ਇੱਥੇ ਦਰਸ਼ਨ ਕਰ ਲੈਣੇ ਆ ਸਾਡੇ 500 ਸਾਲਾ ਸਥਾਨ ਦੇ ਗੁਰੂ ਦੇ, ਮੈਂ ਸਮਝਦਾ ਉਹ ਭਾਗਾਂ ਵਾਲੇ ਆ, ਅਤੇ ਤੁਹਾਡੀ ਇਸ ਗੱਲ ਲਈ ਮੈਂ ਸਮਝਦਾ ਜਿੰਨੀ ਵੀ ਤਾਰੀਫ ਕੀਤੀ ਜਾਵੇ ਥੋੜ੍ਹੀ ਆ। ਲਗਾਤਾਰ ਤੁਸੀਂ ਹਰ ਜਗ੍ਹਾ ਤੁਹਾਡਾ ਚੈਨਲ 'ਤੇ ਤੁਸੀਂ ਕਵਰ ਕਰ ਰਹੇ ਹੋ। ਮੈਂ ਢੀਂਡਸਾ ਸਾਹਿਬ ਦਾ ਖਾਸ ਤੌਰ 'ਤੇ ਸਾਡੇ ਹਰਪ੍ਰੀਤ ਜੀ ਅਤੇ ਹਾਰਟੀਕਲਚਰ ਦੇ ਸਾਡੇ ਸੀਨੀਅਰ ਆਫਿਸਰ ਸਾਹਿਬਾਨ ਐਕਸੀਨ ਸਾਹਿਬ, SDO ਸਾਹਿਬਾਨ ਸਾਰੇ ਹੀ ਖੜ੍ਹੇ ਨੇ, ਅਤੇ ਜਿਨ੍ਹਾਂ ਨੇ ਤਕਰੀਬਨ ਜੂਨ ਜੁਲਾਈ ਤੋਂ ਇਸ ਸ਼ਹਿਰ ਨੂੰ ਜਿੰਨੇ ਵੀ ਇਹਦੇ ਪੁਆਇੰਟਸ ਜਿੱਥੋਂ ਵੀ ਲੋਕਾਂ ਨੇ ਦਰਸ਼ਨ ਕਰਨ ਲਈ ਆਉਣਾ ਉਹ ਬਿਊਟੀਫਿਕੇਸ਼ਨ ਕੀਤੀ ਆ, ਅਤੇ ਖਾਸ ਤੌਰ 'ਤੇ ਇੱਕ ਬਹੁਤ 6 ਕਿੱਲਿਆਂ ਦਾ ਵੱਡਾ ਜਿੱਥੇ ਪਹਿਲਾਂ ਪ੍ਰਾਈਮ ਮਿਨਿਸਟਰ ਸਾਹਿਬ ਜਾਂ ਸਾਰੇ ਹੋਰ ਡਿਗਨੇਰਿਟੀਜ਼ ਵੱਡੇ ਤੋਂ ਵੱਡੇ ਜਿਹੜਾ ਨੇ ਬਾਹਰੋਂ ਵੀ ਆਉਣਾ ਸੀ, ਉਸ ਜਗ੍ਹਾ ਦਾ ਪਿੰਡ ਦਾ ਨਾਂ ਆ ਜਿਹੜਾ ਮੂਸੇਵਾਲ, ਜਿੱਥੇ ਬਹੁਤ ਵੱਡੀ ਜਿਹੜੀ ਤਿਆਰੀ ਕੀਤੀ, ਅਤੇ ਪਰ ਐਨ ਮੌਕੇ 'ਤੇ ਮੈਂ ਸਮਝਦਾ 3 ਦਿਨ ਪਹਿਲਾਂ ਹੀ ਆ ਹੁਣ ਜਿਹੜੇ ਪਿੱਛੇ ਆ ਹੈਲੀਪੈਡ ਨੇ ਜਿਹੜੇ ਪ੍ਰਾਈਮ ਮਿਨਿਸਟਰ ਸਾਹਿਬ ਦੇ, ਉਹ 3 ਹੈਲੀਪੈਡ ਬਣ ਰਹੇ ਆ, ਜਿਹਦੇ ਕਰਕੇ ਹੁਣ ਸਾਰਾ ਮਹਿਕਮਾ ਹਾਰਟੀਕਲਚਰ ਦਾ ਅਤੇ ਨਾਲ ਸਾਡੇ ਢੀਂਡਸਾ ਸਾਹਿਬ ਅਤੇ ਹਰਪ੍ਰੀਤ ਜੀ, ਇਹ ਸਾਰੇ ਤਕਰੀਬਨ ਜਿੰਨੇ ਵੀ ਆਲੇ ਦੁਆਲੇ ਦੀਆਂ ਸਟੇਟਸ ਨੇ, ਚਾਹੇ ਉਹ ਜੰਮੂ ਹੋਵੇ, ਹਿਮਾਚਲ ਹੋਵੇ, ਹਰਿਆਣਾ ਹੋਵੇ, ਉੱਤਰਾਖੰਡ ਤੱਕ ਦੇ, ਦਿੱਲੀ ਤੱਕ, ਜਿੰਨਾ ਵੀ ਗੇਂਦਾ ਮਿਲਿਆ ਇਹਨਾਂ ਨੂੰ, ਕਿਉਂਕਿ ਹੁਣ ਇੰਨੀ ਛੇਤੀ ਹੋਰ ਕੋਈ ਫੁੱਲ ਆ ਜਿਹੜਾ ਉਹ ਚੱਲ ਨਹੀਂ ਸਕਦਾ, ਜਿਹੜੇ ਉਹ 6 ਕਿੱਲੇ 'ਚ ਲਾਏ ਹੋਏ ਆ ਉਹ, ਅਤੇ ਬਾਕੀ ਵੀ, ਕਿਉਂਕਿ ਕਿਤੇ ਨਾ ਕਿਤੇ ਮੈਂ ਇਹਨਾਂ ਨਾਲ ਤੁਹਾਡੇ ਵਾਲੀ ਗੱਲ ਕੀਤੀ ਸੀ ਵੀ ਕੀ ਮਹਿਸੂਸ ਹੋ ਰਿਹਾ, ਇਹ ਕਹਿੰਦੇ ਅਸੀਂ ਜੋ ਵੀ ਕੁਛ ਕੀਤਾ ਅਸੀਂ ਉਸ ਗੁਰੂ ਦੇ ਨਾਂ 'ਤੇ, ਗੁਰੂ ਲਈ ਕੀਤਾ, ਅਤੇ ਉਹਦੀ ਕਚਹਿਰੀ 'ਚ ਲਗਾਤਾਰ ਅਸੀਂ ਸੇਵਾ ਜਿਹੜੀ ਉਹ ਪਿਛਲੇ 4 ਮਹੀਨਿਆਂ ਤੋਂ ਲੱਗੇ ਹੋਏ ਹਾਂ, ਅਤੇ ਉਹ ਸੇਵਾ ਉਹ ਉਤਲਾ ਵਾਹਿਗੁਰੂ ਦੇਖ ਰਿਹਾ। ਦੁੱਖ ਜ਼ਰੂਰ ਉਹ ਮਨ 'ਚ ਹੁੰਦਾ ਚਾਅ ਜਿਹੜਾ ਵੀ ਜੇ ਕੋਈ ਆ ਕੇ ਐਪਰੀਸ਼ੀਏਟ ਕਰਦਾ, ਪਰ ਹੁਣ ਵੀ ਤੁਸੀਂ ਦੇਖੋਗੇ ਲੱਖਾਂ ਦੀ ਗਿਣਤੀ 'ਚ, ਮੈਂ ਸਮਝਦਾ ਗੇਂਦਾ ਜਿਹੜਾ ਤੁਸੀਂ ਜਗ੍ਹਾ ਦਿਓਗੇ ਤਾਂ ਇਹ ਗੇਂਦਾ ਇਹ ਜਿਹੜਾ ਇਹਨਾਂ ਨੇ ਲੈ ਕੇ ਆਉਂਦਾ, ਅਤੇ ਤੁਸੀਂ ਦੇਖੋਗੇ ਇਹ 3 ਦਿਨਾਂ ਦੇ ਵਿੱਚ ਹੋਰ, ਕਿਉਂਕਿ 9 ਤਰੀਕ ਨੂੰ ਜਿਹੜਾ ਵੱਡਾ ਸਮਾਗਮ ਆ, ਅਤੇ ਉਦਣ ਇਹ ਕਾਫੀ ਹੋਰ ਵਧੀਆ ਤਰੀਕੇ ਨਾਲ ਖਿੜੇਗਾ। ਇੱਡੀ ਜਲਦੀ, ਕਿਉਂਕਿ ਮੈਂ ਉਸ ਜਗ੍ਹਾ 'ਤੇ ਬੂਸੇਵਾਲ ਵੀ ਗਿਆ ਹਾਂ, ਪਰ ਜਿਸ ਤਰੀਕੇ ਨਾਲ ਹੁਣ ਇਹ ਤਾਂ ਰੜਾ ਮੈਦਾਨ ਹੋ ਗਿਆ, ਇੱਥੇ ਇੱਡੀ ਛੇਤੀ ਕੰਮ ਕਰਨਾ ਹੋ ਜੂਗਾ? ਕਿਉਂਕਿ ਦਿਨ ਤਾਂ ਪਿੱਛੇ 3 ਰਹਿ ਗਏ ਸਾਰੇ। ਨਹੀਂ, ਹੁਣ ਉਹ ਗੱਲ ਤਾਂ ਨਹੀਂ ਬਣਨੀ ਜਿਹੜੀ 6 ਕਿੱਲੇ ਵਾਲੀ, ਜਿਹੜਾ ਇੱਕ ਉਹ ਮਾਹੌਲ ਸੀ, ਗੁੰਦਿਆ ਹੋਇਆ ਮਾਹੌਲ ਫੁੱਲਾਂ ਦੇ ਨਾਲ, ਉਹ ਤਾਂ ਬਿਲਕੁਲ ਤੁਹਾਡੀ ਗੱਲ ਆ, ਨਹੀਂ ਬਣਨਾ। ਪਰ ਇਹ ਕਈ ਵਾਰ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਪਹਿਲਾਂ ਉਹ ਕਿਤੇ ਨਾ ਕਿਤੇ ਚੈੱਕ ਨਹੀਂ ਕਰਦੀਆਂ, ਜਦੋਂ ਐਨ ਮੌਕੇ 'ਤੇ ਜਿਹੜੀਆਂ ਸੈਂਟਰਲ ਏਜੰਸੀਜ਼ ਆਉਂਦੀਆਂ ਹੈ, ਚਾਹੇ ਉਹਦੇ ਵਿੱਚ IB ਹੋਵੇ, ਚਾਹੇ ਉਹਦੇ ਵਿੱਚ ਰੋ ਹੋਵੇ, ਚਾਹੇ ਉਹਦੇ ਵਿੱਚ ਖਾਸ ਤੌਰ 'ਤੇ SPG ਜਿਹੜੀ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਆ, ਉਹ ਆ ਕੇ ਹਮੇਸ਼ਾ ਉਹ ਆਪਣੀ ਸੁਵਿਧਾ ਦੇਖਦੇ ਹੋਏ ਵੀ ਸਾਨੂੰ ਕਿਵੇਂ ਸੌਖਾ ਰਹੇਗਾ, ਸਾਨੂੰ ਕਿੱਥੇ ਪ੍ਰਾਈਮ ਮਿਨਿਸਟਰ ਜਾਂ ਹੋਰ ਜਿਹੜੇ ਬਾਹਰੋਂ ਡਿਗਨੇਟਰੀਜ਼ ਆ ਰਹੇ ਉਹਨਾਂ ਦੀ ਸਿਕਿਉਰਿਟੀ ਕਰਨੀ ਠੀਕ ਰਹੇਗੀ, ਉਹ ਆਪਣਾ ਵਿਊ ਪੁਆਇੰਟ ਲੈ ਲੈਂਦੇ ਆ, ਅਤੇ ਐਨ ਮੌਕੇ 'ਤੇ ਆ ਕੇ ਫਿਰ ਉਹ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ, ਇਹੋ ਜਿਹੇ ਰੂਟ ਦੇ ਵਿੱਚ ਉਹ ਵਿਘਨ ਪਾਉਂਦੇ ਆ, ਜਿਹਦੇ ਕਰਕੇ, ਪਰ ਜਦੋਂ ਤੁਸੀਂ ਇੱਕ ਗੁਰੂ ਦੇ ਘਰ ਆ ਰਹੇ ਹੋ, ਆਸਥਾ ਲੈ ਕੇ ਆ ਰਹੇ ਹੋ, ਮੈਨੂੰ ਨਹੀਂ ਲੱਗਦਾ ਉਸ ਵੇਲੇ ਉਹ ਗੁਰੂ ਆਪਣੇ ਆਪ ਬਚਾਉਣ ਵਾਲਾ ਹੈ ਸਿਕਿਉਰਿਟੀ ਦੀ, ਜਿੱਥੇ 2 ਕਿਲੋਮੀਟਰ 'ਤੇ ਆਹ ਹੁਣ ਨੇੜੇ ਆ ਕੇ ਮੈਂ ਸਮਝਦਾ ਕੋਈ ਪ੍ਰਾਈਮ ਮਿਨਿਸਟਰ ਨੂੰ ਵਾਲਾ ਸਿਕਿਉਰਿਟੀ ਨੂੰ ਫਰਕ ਨਹੀਂ ਪੈਂਦਾ, ਪਰ ਉਹਨਾਂ ਦਾ ਫੈਸਲਾ ਹੈ। ਪਰ ਇਹਦੇ ਨਾਲ ਜ਼ਰੂਰ ਜਿਹੜੀ ਇੱਕ ਖੁਸ਼ਬੂ, ਤਾਂ ਵੈਸੇ ਪਰਮਾਤਮਾ ਦੀ ਖੁਸ਼ਬੂ ਆ ਸਾਰੇ ਉਰੇ ਇਸ ਵੇਲੇ ਵਾਤਾਵਰਨ 'ਚ, ਪਰ ਫੁੱਲਾਂ ਦੀ ਜਿਹੜੀ ਮਹਿਕ ਸੀ ਉਹ ਜ਼ਰੂਰ ਜਿਹੜੀ ਆ ਉਹ 2 ਕਿਲੋਮੀਟਰ ਪਰੇ ਜ਼ਿਆਦਾ ਹੈ। ਇੱਥੇ ਜਿਹੜੇ ਆ ਗੇਂਦੇ ਦੇ ਫੁੱਲ ਨੇ ਇਹਦੀ ਖੁਸ਼ਬੂ ਹੋਏਗੀ, ਪਰ ਜਦੋਂ ਗੁਰਦੁਆਰਾ ਸਾਹਿਬ ਆ
ਉੱਥੇ ਜਾ ਕੇ ਤਾਂ ਸਭ ਗੱਲਾਂ ਜਿਹੜੀਆਂ ਇਹ ਛੋਟੀਆਂ ਇਹ ਬੁਨਿਆਦੀ ਗੱਲਾਂ ਨੇ, ਉੱਥੇ ਤਾਂ ਪਰਮਾਤਮਾ ਦੇ ਰੰਗ 'ਚ ਸਭ ਨੇ ਰੰਗਿਆ ਜਾਣਾ, ਉੱਥੇ ਕੋਈ ਕਮੀ ਨਹੀਂ। ਕੱਲਾ ਸਿਕਿਉਰਿਟੀ ਰੀਜ਼ਨ ਕਰਕੇ ਹੋਇਆ ਕਿ ਜਾਂ ਫਿਰ ਤੁਹਾਡਾ ਤਾਂ SGPC ਨਾਲ ਵੀ ਰੇੜਕਾ ਚੱਲਦਾ, ਉਹਨਾਂ ਨੇ ਜਾਣਬੁੱਝ ਕਰਾਤਾ? ਨਹੀਂ ਨਹੀਂ ਨਹੀਂ, ਇਹਦੇ ਵਿੱਚ ਕੋਈ SGPC ਦਾ ਜਾਂ ਸਰਕਾਰ ਦੀ ਜਾਂ ਕਿਸੇ ਦੀ ਇਨਵੋਲਵਮੈਂਟ ਨਹੀਂ ਗੀ। ਇਹ ਤਾਂ ਸਿਰਫ ਸਿਕਿਉਰਿਟੀ ਰੀਜ਼ਨ ਆ, ਕਿਉਂਕਿ ਜਿੱਥੇ ਵੀ ਹੈਲੀਕਾਪਟਰ ਉਹਨਾਂ ਦਾ ਪਹਿਲਾਂ ਜਿਵੇਂ ਜੇ ਇੱਥੇ ਆ, ਮੈਨੂੰ ਲੱਗਦਾ ਉਹ ਪਹਿਲਾਂ ਆਪਣੇ ਪਲੇਨ ਦੇ ਵਿੱਚ ਆ ਕੇ ਆਦਮਪੁਰ ਉਤਰਨਗੇ। ਆਦਮਪੁਰ ਤੋਂ ਉਹਨਾਂ ਦੇ 3 ਹੈਲੀਕਾਪਟਰ ਨੇ ਜਿਹੜੇ ਸਿਕਿਉਰਿਟੀ ਡਰਿੱਲ ਹੁੰਦੀ ਆ, 3 ਹੈਲੀਕਾਪਟਰ ਨੇ ਜਿਹੜੇ ਉਹ ਰੇ ਉਤਰਨਗੇ, ਉਹਨਾਂ ਨੇ ਆਪਣਾ ਨੇੜੇ ਦਾ ਜਿਹੜਾ ਹੈ ਉਹ ਦੇਖਿਆ। ਅਤੇ ਚਲੋ ਇਹ 'ਚ ਕੋਈ ਗੱਲ ਨਹੀਂ, ਪਰ ਲੋਕ ਇੱਥੇ ਵੀ ਆ ਕੇ ਮੱਥਾ ਟੇਕਣ ਤੋਂ ਬਾਅਦ ਅੱਜ ਸੈਲਫੀਆਂ ਲੈ ਰਹੇ ਨੇ। ਮੈਨੂੰ ਹੁਣੇ ਦੱਸ ਰਹੇ ਸੀ ਵੀ ਸਾਨੂੰ ਮਹਿਕਮੇ ਵਾਲਿਆਂ ਨੂੰ ਅਤੇ ਸਾਡਾ ਪਰਿਵਾਰ ਜਿਹੜਾ ਢੀਂਡਸਾ ਸਾਹਿਬ ਅਤੇ ਸਾਰਾ ਇਹ ਪਰਿਵਾਰ ਲੱਗਿਆ, ਇਹ ਸੰਤੁਸ਼ਟ ਆ ਵੀ ਜਿਹੜੀ ਅਸੀਂ ਮਿਹਨਤ ਕੀਤੀ ਪਰਮਾਤਮਾ ਦੇ ਨਾਂ 'ਤੇ ਉਹ ਸਾਡੀ ਲੇਖੇ ਲੱਗ ਗਈ। ਅੱਛਾ, ਸਰਕਾਰ ਵੱਲੋਂ, ਕਾਂਗਰਸ ਵੱਲੋਂ ਵੱਡੇ ਪੱਧਰ ਦੇ ਉੱਪਰ ਪ੍ਰੋਗਰਾਮ ਹੋ ਰਹੇ ਆ ਜਾਂ ਫਿਰ ਇੰਨੇ ਪੈਸੇ ਲੱਗ ਰਹੇ, ਸਭ ਕੁਝ ਹੋ ਰਿਹਾ, ਕਿਵੇਂ ਦਾ ਲੱਗ ਰਿਹਾ ਤੁਹਾਨੂੰ ਪਰਸਨਲੀ? ਕੀ ਲੱਗਦਾ ਕਿ ਸੈਂਟਰ ਗੌਰਮੈਂਟ ਦੇ ਵੱਲੋਂ ਜਾਂ SGPC ਦੇ ਵੱਲੋਂ ਉਹ ਜਿਹਾ ਸਾਥ ਮਿਲਿਆ ਆ? ਦੇਖੋ, ਮੈਂ ਤਾਂ ਇਹ ਜ਼ਰੂਰ ਕਹੂੰਗਾ ਵੀ ਤਿੰਨੋਂ ਸਰਕਾਰਾਂ ਨੇ, ਜਿਹਦੇ ਵਿੱਚ ਚਾਹੇ ਉਹ ਕੇਂਦਰ ਦੀ ਸਰਕਾਰ ਹੋਵੇ, ਚਾਹੇ ਉਹ SGPC ਹੋਵੇ, ਚਾਹੇ ਪੰਜਾਬ ਦੀ, ਤਿੰਨਾਂ ਨੇ ਆਪਣੀ ਆਪਣੀ ਮਿਹਨਤ ਕਰਕੇ ਇਹ ਕੰਮ ਕੀਤੇ ਆ। ਹਰੇਕ ਨੇ ਜਿੰਨਾ ਕਿਉਂਕਿ ਇਹ ਗੁਰੂ ਦੇ ਨਾਂ 'ਤੇ, ਇਹ ਕੋਈ ਇਹਦੇ ਵਿੱਚ ਤੁਸੀਂ ਵੀ ਹੋ ਪੂਰੇ, ਅੱਜ ਇਸ ਸਥਾਨ 'ਤੇ ਆਏ ਹੋ, ਕੋਈ ਐਜ਼ ਏ ਐਂਕਰ ਨਹੀਂ, ਤੁਸੀਂ ਇੱਕ ਗੁਰੂ ਦਾ ਨਾਮ ਲੇਵਾ, ਗੁਰੂ ਦੇ ਸੇਵਕ ਹੋਣ ਕਰਕੇ ਆਏ ਹੋ, ਭਾਗਾਂ ਵਾਲੇ ਸਮਝਦੇ ਹਾਂ। ਮੈਂ ਵੀ ਉਰੇ ਆਇਆ, ਕੋਈ ਇਹ MP ਜਾਂ ਕਾਂਗਰਸੀਆ ਹੋ ਕੇ ਨਹੀਂ ਆਇਆ, ਮੈਂ ਇੱਕ ਗੁਰੂ ਦਾ ਡਿਵੋਟੀ, ਇਸ ਪਰਮਾਤਮਾ ਨੂੰ, ਗੁਰੂ ਨੂੰ, ਗੁਰੂ ਨਾਨਕ ਦੇਵ ਜੀ ਦੇ ਰਾਹ 'ਤੇ ਚੱਲਣ ਵਾਲਾ ਇੱਕ ਉਹਨਾਂ ਦਾ ਡਿਵੋਟੀ ਹੋਣ ਨਾਤੇ ਮੈਂ ਸੰਗਤ 'ਚ ਦਰਸ਼ਨ ਕਰਨ ਆਇਆ। ਜਿੱਥੇ ਤੱਕ ਉਹਨਾਂ ਨੇ ਸਭ ਨੇ ਕੰਮ ਕੀਤੇ, ਪਰ ਮੈਂ ਇਹ ਗੱਲ ਜ਼ਰੂਰ ਸਮਝਦਾ, ਜਿਹੜਾ ਤੁਸੀਂ ਜਵਾਬ ਲੈਣਾ ਚਾਹੁੰਦੇ ਹੋ ਮੈਂ ਉਹਦਾ ਸਪਸ਼ਟ ਜਵਾਬ ਜ਼ਰੂਰ ਦਊਂਗਾ, ਕਿਉਂਕਿ ਜਦੋਂ ਇੱਕ ਪ੍ਰਧਾਨ ਮੰਤਰੀ ਦੇਸ਼ ਦੇ ਆ ਰਹੇ ਹੋਣ ਅਤੇ ਦੂਜੇ ਪਾਸੇ ਕਰਤਾਰਪੁਰ ਸਾਹਿਬ ਕੋਰੀਡੋਰ ਕਿਸ ਸ਼ਾਨੋ ਸ਼ੌਕਤ ਨਾਲ ਉਸ ਮੁਲਕ ਨੇ, ਉਸ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸਾਡੀ ਗੱਲ, ਜਾਂ ਜਿਹੜੀ ਅਸੀਂ ਅਰਦਾਸ ਕਰਦੇ ਸੀ 70 ਸਾਲ ਤੋਂ ਵਿਛੜੇ ਹੋਏ ਗੁਰੂ ਧਾਮਾਂ ਨੂੰ ਮਿਲਾਉਣ ਦੀ, ਉਹ ਅਰਦਾਸ ਸਾਡੀ ਪੂਰੀ ਹੋਈ। ਅਤੇ ਉਹਨਾਂ ਨੇ ਹਰ ਚੀਜ਼ ਜਿਹੜੀ ਵੀ ਅਸੀਂ ਕਹੀ ਗਏ ਹੋ ਉਹ ਉਹਨਾਂ ਨੇ ਇੱਕ, ਕਿਉਂਕਿ ਉਹ ਰਿਸ਼ਤੇ ਹੁੰਦੇ ਆ ਨਾ, ਇੱਕ ਪਲੇਅਰ ਦੇ ਨਾਲ ਹਿੰਦੁਸਤਾਨ ਦੀ ਟੀਮ ਬਹੁਤ ਸਾਲ ਲਗਾਤਾਰ ਉਹ ਖੇਲੇ, ਇੱਕ ਦੂਜੇ ਦਾ ਪਤਾ ਉਹ ਆਉਂਦੇ ਰਹੇ ਉਰੇ, ਅਤੇ ਉਹਨਾਂ ਨੇ ਉਹ ਗੱਲ ਕੀਤੀ। ਪਰ ਕੇਂਦਰ ਸਰਕਾਰ ਨੇ ਵੀ ਕੋਈ ਕਮੀ ਨਹੀਂ ਛੱਡੀ, ਹਰ ਕੁਛ ਸੰਭਵ ਆ ਜਿਹੜਾ ਉਹ ਕੀਤਾ। ਸੂਬਾ ਸਰਕਾਰ ਨੇ ਕੋਈ ਕਮੀ ਨਹੀਂ ਛੱਡੀ, ਹਜੇ ਕਿ ਪੈਸੇ ਦੀ ਬੜੀ ਕਮੀ ਆ, ਕਰਜ਼ੇ 'ਚ ਡੁਬੋ ਕੇ ਗਏ ਹੋਏ ਆ ਪੰਜਾਬ ਨੂੰ, ਪਰ ਗੁਰੂ ਦੇ ਨਾਂ 'ਤੇ ਕਿਵੇਂ ਕਮੀ ਰਹਿ ਸਕਦੀ ਹੈ ਕੋਈ? ਨਾ ਪੈਸੇ ਦੀ ਕਮੀ ਰਹੇ, ਨਾ ਕਿਸੇ ਹੋਰ ਦੀ। ਪਹਿਲੀ ਗੱਲ ਤਾਂ ਮੈਂ ਇੱਕ ਗੱਲ ਵਿੱਚ ਮੈਂ ਛੱਡ ਗਿਆ, ਉਰੇ ਨਾ ਸਰਕਾਰ ਦੀ ਨਾ SGPC ਦੀ ਉਰੇ ਕਿਸੇ ਦੀ ਲੋੜ ਨਹੀਂ। ਗੁਰੂ ਦੇ ਘਰੇ ਕਿਸੇ ਦੀ ਲੋੜ ਆ? ਗੁਰੂ ਦੇ ਘਰੇ ਤਾਂ ਸੰਤ ਮਹਾਂਪੁਰਸ਼, ਮੈਂ ਸਮਝਦਾ ਐਸੇ ਇੰਤਜ਼ਾਮ ਕੀਤੇ ਹੋਏ ਆ। ਮੈਨੂੰ ਲੱਗਦਾ ਕਿ ਇਹਨੇ ਪੈਸੇ ਵੀ ਨਹੀਂ ਲਾਉਣੇ ਚਾਹੀਦੇ ਬਿੱਟੂ ਜੀ। 360 ਕਰੋੜ ਰੁਪਇਆ ਕੈਪਟਨ ਸਾਹਿਬ ਅਸੀਂ ਲਾਤਾ, SGPC ਨੇ ਪਤਾ ਨਹੀਂ ਕਿੰਨੇ 100 ਕਰੋੜ ਰੁਪਇਆ ਲਾਤਾ, ਫਿਰ ਪੈਸੇ ਕਿਉਂ ਇੰਨੇ ਵੇਸਟ ਕਰ ਰਹੇ? ਕਿਉਂਕਿ ਪੈਸੇ ਤਾਂ ਸਾਡੇ ਤੁਹਾਡੇ ਲੱਗ ਰਹੇ। ਨਹੀਂ, ਇੱਕ ਗੱਲ 'ਤੇ ਮੈਂ ਆਉਣਾ ਚਾਹੁੰਦਾ ਪਹਿਲਾਂ ਵੀ ਇੱਥੇ ਐਸੇ ਪ੍ਰਬੰਧ ਜਿਹੜੇ ਸਾਡੇ ਸੰਤ ਮਹਾਂਪੁਰਸ਼ਾਂ ਨੇ ਕੀਤੇ ਆ, ਜਿਹੜੇ ਸਾਡੇ ਨੰਦੇੜ ਸਾਹਿਬ, ਹਜ਼ੂਰ ਸਾਹਿਬ ਦੇ ਸਾਡੇ ਸੰਤ ਬਲਵਿੰਦਰ ਸਿੰਘ ਜੀ ਅਤੇ ਸੰਤ ਨਰਿੰਦਰ ਸਿੰਘ ਜੀ, ਜਿਨ੍ਹਾਂ ਨੇ, ਮੈਂ ਸਮਝਦਾ ਹਜ਼ਾਰਾਂ ਬੰਦਾ ਤਾਂ ਉੱਥੇ ਲੰਗਰ ਬਣਾਉਣ 'ਤੇ ਵਰਤਾਉਣ 'ਤੇ ਲੱਗਿਆ, ਅਤੇ ਖਾਣ ਵਾਲੇ ਤਾਂ ਲੰਗਰ ਕਿੰਨੇ ਹੋਣਗੇ, ਅਤੇ ਇੱਕ ਇੱਕ ਟਰੱਕ ਜਿਹੜਾ ਕੋਲਡ ਡਰਿੰਕਸ ਦਾ, ਪੀਜ਼ੇ, ਬਰਗਰ, ਨਿਊਡਲਸ, ਪਤਾ ਨਹੀਂ ਕੀ ਕਿਸ ਤਰ੍ਹਾਂ ਦੀਆਂ ਚੀਜ਼ਾਂ ਉੱਥੇ ਬਣ ਰਹੀਆਂ। ਅਤੇ ਬਾਕੀ ਮੈਂ ਜਦੋਂ ਆਉਂਦਾ ਹੈ ਦੇਖਿਆ, ਛੋਟੇ ਪਿੰਡਾਂ ਵਾਲਿਆਂ ਨੇ ਆਪਣੇ ਆਪਣੇ ਜ਼ਿਲ੍ਹੇ ਤੋਂ ਉੱਠ ਕੇ ਟੈਂਟ ਲਾਏ ਹੋਏ ਨੇ, ਉਹਨਾਂ ਨੇ ਆਪਣੇ ਬਾਥਰੂਮ ਦਾ ਇੰਤਜ਼ਾਮ ਕੀਤਾ, ਬੈੱਡ, ਗਿਸਤਰੇ, ਸਿਰਹਾਣੇ, ਸਭ ਕੁਛ ਪਿੰਡਾਂ ਵਾਲਿਆਂ ਨੇ ਆਪਦੇ ਟੈਂਟ ਲਾ ਤੇ, ਬਾਥਰੂਮ ਵੀ ਲੋਕਾਂ ਨੂੰ ਕੋਈ ਤੰਗੀ ਨਾ ਆਵੇ, ਉਹ ਇੱਕ ਚੀਜ਼ ਆ। ਅਤੇ ਹੁਣ ਜਿੱਥੇ ਤੱਕ ਤੁਸੀਂ ਪੈਸੇ ਦੀ ਗੱਲ ਕੀਤੀ ਆ, ਪੈਸਾ ਸਰਕਾਰ ਕੋਈ, ਉਹਨਾਂ ਨੇ ਪੈਸਾ ਕੋਈ ਕਿਤੇ ਐਂ ਸਿੱਟਿਆ ਨਹੀਂ ਗਾ। ਹੁਣ ਜੇ ਕਿਤੇ ਇੰਨੇ ਲੋਕ ਆਉਣਗੇ, ਉਹਨਾਂ ਲਈ ਪ੍ਰਬੰਧ ਕਰਨ ਲਈ ਕੋਈ ਹੋਸਪਿਟਲ ਵੀ ਚਾਹੀਦਾ, ਉਹਨਾਂ ਦੇ ਰਹਿਣ ਦੀ ਵਿਵਸਥਾ ਚਾਹੀਦੀ ਆ, ਉਹਨਾਂ ਦੇ ਪੁਲਿਸ ਸਟੇਸ਼ਨ ਚਾਹੀਦੇ ਆ, ਵੀ ਕੋਈ ਉਰੇ ਐਸੀ ਕੋਈ ਗੱਲ ਦੇਸ਼ ਨਾਲ ਕੋਈ ਗਵਾਂਢੀ ਕਰ ਜਾਵੇ, ਉਸ ਰੋਕਥਾਮ ਲਈ ਪੁਲਿਸ ਲੱਗਦੀ ਆ। ਇਸ ਤਰੀਕੇ ਜੇ ਸੈਨੀਟੇਸ਼ਨ ਦੀ ਗੱਲ ਕੀਤੀ ਜਾਵੇ, ਬਾਥਰੂਮ ਦਾ ਪ੍ਰਬੰਧ ਸਰਕਾਰਾਂ ਨੂੰ ਕਰਨਾ ਪੈਂਦਾ, ਪਾਣੀ ਪੀਣ ਦਾ ਪ੍ਰਬੰਧ, ਲਾਈਟਿੰਗ ਦਾ ਪ੍ਰਬੰਧ, ਇਹਦੇ ਉੱਤੇ ਪੈਸੇ ਤਾਂ ਸਰਕਾਰ ਦਾ ਕੰਮ ਆ, ਪੈਸੇ ਲੋਕਾਂ ਦੇ ਪੈਸੇ ਆ, ਉਹਨਾਂ ਲੋਕਾਂ ਲਈ ਖਰਚਣੇ ਆ, ਕਿਉਂਕਿ 550 ਸਾਲਾਂ ਤਾਂ ਗੁਰੂ ਦੇ ਘਰੇ ਆਉਣਾ, ਗੁਰਦੁਆਰੇ ਮੱਥਾ ਟੇਕ ਲੋਕਾਂ ਨੇ ਆਉਣਾ। ਹੁਣ ਜਿਵੇਂ ਲੋਕਾਂ ਨੇ ਆਉਣਾ, ਲੋਕਾਂ ਲਈ ਅੱਜ ਤੋਂ 1500 ਬੱਸਾਂ ਜਿਹੜੀਆਂ ਪੰਜਾਬ 'ਚ ਫ੍ਰੀ ਨੇ,
ਉਹ ਲੋਕਾਂ ਲਈ ਉਹ ਕਰ ਰਿਹਾ ਨਾ, ਜੇ ਹੁਣ ਆਪਾਂ ਕਹੀਏ ਵੀ ਉਹ ਤਾਂ ਤੇਲ ਸਰਕਾਰ ਨੇ ਫੂਕਤਾ ਉਹਦੇ ਉੱਤੇ ਜੀ, ਲੋਕਾਂ ਇਹ ਚੀਜ਼ਾਂ ਲੋਕਾਂ ਲਈ ਨੇ। ਇਹ ਵੀ ਗੱਲ ਤੁਹਾਡੀ ਸਮਝ ਲੈਂਦੇ ਹਾਂ ਕਿ ਇਹ ਮੈਂ ਸਵਾਲ ਪੁੱਛਣ ਦਾ ਮੇਰਾ ਮਕਸਦ ਇਹ ਸੀਗਾ ਕਿ SCPC ਕਾਂਗਰਸੀ ਨਾਲ ਕਾਫੀ ਵਿਤਕਰਾ ਕਰ ਰਹੀ ਆ, ਮੈਂ ਪਿਛਲੇ 4 ਦਿਨ ਤੋਂ ਇੱਥੇ ਹਾਂ, ਚਾਹੇ ਅੱਜ ਆਪਣੀ ਗੱਲ ਲਾ ਲਓ ਤੁਸੀਂ, ਤੁਹਾਨੂੰ ਸਰੋਪਾ ਨਹੀਂ ਦਿੱਤਾ ਉਹਨਾਂ ਨੇ, ਕਾਂਗਰਸੀ ਹੋਣ ਦੇ ਨਾਤੇ ਨਹੀਂ ਦਿੱਤਾ, ਜਾਂ ਤੁਹਾਡਾ ਕੋਈ ਪਰਸਨਲ ਮੈਟਰ ਆ ਮੈਨੂੰ ਇਸ ਬਾਰੇ ਨਹੀਂ ਪਤਾ, ਪਰ ਤੁਹਾਨੂੰ ਸਰੋਪਾ ਨਹੀਂ ਦਿੱਤਾ ਤੁਸੀਂ ਇਸ ਚੀਜ਼ ਨੂੰ, ਤਾਂ ਮਤਲਬ ਮਨ 'ਚ ਤਾਂ ਆਉਂਦਾ ਹੀ ਹੈ ਕਿ ਮਤਲਬ ਹੈ ਸਾਰਾ ਸਿਸਟਮ, ਤਾਂ ਫਿਰ SGPC ਅਜਿਹੇ ਕੰਮ ਕਰ ਰਹੀ ਹੈ। ਦੇਖੋ ਜੇ ਇੱਥੇ ਤੱਕ ਮੇਰੀ ਗੱਲ ਆ ਸਰੂਪਾ ਦੇਣ ਦੀ, ਮੈਂ ਪਰਮਾਤਮਾ ਦੇ ਘਰ ਆਇਆ ਅਤੇ ਪਰਮਾਤਮਾ ਦਾ ਘਰ ਸਭ ਦਾ ਏ, ਨਾ SGPC ਦਾ ਨਾ ਬਾਦਲਾਂ ਦਾ, ਪਰ ਜਿੱਥੇ ਤੱਕ ਮੈਂ ਤਾਂ, ਕਿਉਂਕਿ ਮੇਰੀ ਤਾਂ ਕਦੇ ਵੀ ਇਹਨਾਂ ਦੇ ਨਾਲ ਰਹੀ ਹੋ ਨਹੀਂ, ਇਹ ਤਾਂ ਉਹ ਲੋਕ ਨੇ, ਮੈਂ ਗੁਰੂ ਘਰ ਦਾ ਸਰੂਪਾ, ਹਰ ਗੁਰੂ ਘਰ ਜਾਂਦੇ ਹਾਂ ਅਤੇ ਲੋਕ ਜਦੋਂ ਬੁਲਾਉਂਦੇ ਆ ਸਰੂਪਾ ਦਿੰਦੇ ਆ, ਮੈਂ SGPC ਦਾ ਸਰੂਪਾ ਲੈਣਾ ਵੀ ਨਹੀਂ ਕਦੇ, ਮੈਂ ਤੁਹਾਨੂੰ ਝੂਠ ਨਹੀਂ ਬੋਲਦਾ, ਮੈਂ ਔਨ ਰਿਕਾਰਡ ਕਹਿਣਾ, ਇਹ ਦੇਣਾ ਤਾਂ ਇਹਨਾਂ ਨੇ ਬਹੁਤ ਦੂਰ ਦੀ ਗੱਲ ਹੈ, ਇਹ ਤਾਂ ਉਹ ਲੋਕ ਨੇ ਜਿਨ੍ਹਾਂ ਨੇ ਲੱਖਾਂ ਲੋਕ ਸਾਡੇ ਪੰਜਾਬ ਦੇ, ਚਾਹੇ ਉਹ ਪੁਲਿਸ ਦੇ ਹੋਣ ਚਾਹੇ ਉਹ ਆਮ ਲੋਕ ਹੋਣ, ਉਹਨਾਂ ਨੂੰ ਤੜਫਾਇਆ ਲੋਕਾਂ ਨੂੰ, ਅਤੇ ਹਜ਼ਾਰਾਂ ਲੋਕਾਂ ਦਾ, 32,000 ਲੋਕਾਂ ਦਾ ਕਤਲ ਕੀਤਾ ਜਿਹੜੇ ਲੋਕਾਂ ਨੇ, ਉਹਨਾਂ ਨੂੰ ਇਹ SGPC ਵਾਲੇ, ਇਹਨਾਂ ਦੇ ਅਕਾਲ ਤਖ਼ਤ ਦੇ ਜਥੇਦਾਰ ਉਹਨਾਂ ਨੂੰ ਸ਼ਹੀਦ ਕਹਿੰਦੇ ਆ, ਅਤੇ ਇਹਨਾਂ ਤੋਂ ਸਰੋਪਾ ਲੈਣਾ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉਹ ਜਥੇਦਾਰ ਜਿਹੜਾ ਉਹ ਬੇਅਦਬੀ ਕਰਨ ਵਾਲਿਆਂ ਨੂੰ ਮਾਫ਼ੀਨਾਮਾ ਦਿੰਦਾ ਹੋਵੇ, ਉਹ ਤੋਂ ਅਸੀਂ ਜਿਹੜਾ ਇਹਨਾਂ ਤੋਂ ਸਰੋਪਾ ਲੈਣ ਦੀ ਆਸ ਰੱਖਦੇ ਹਾਂ, ਬਿਲਕੁਲ ਨਹੀਂ। ਇਹ ਤਾਂ ਲੋਕ ਕਾਇਰ ਲੋਕ ਨੇ ਜਿਹੜੇ ਅੱਤਵਾਦੀਆਂ ਨਾਲ ਖੜ੍ਹੇ ਨੇ, ਵੱਖਵਾਦੀਆਂ ਨਾਲ ਖੜ੍ਹੇ ਨੇ, ਇਹ ਲੋਕ ਉਹ ਨੇ ਜਿਨ੍ਹਾਂ ਨੇ ਹਮੇਸ਼ਾ ਕੌਮ ਦੇ ਅਤੇ ਸਾਡੇ ਹਮੇਸ਼ਾ ਧਰਮ ਦੇ ਵਿੱਚ ਪਿੱਠ 'ਚ ਛੁਰਾ ਮਾਰਿਆ। ਅੱਜ ਨਹੀਂ, ਸਾਡਾ ਧਰਮ ਕਿਤੇ ਲੋੜ ਆ ਇੱਥੇ? ਮੈਂ ਤੁਸੀਂ ਇਹ ਜਿਹੜੀ ਗੱਲ ਕਰ ਰਹੇ ਸੀ SGPC ਜਾਂ ਹੋਰ, ਇਹ ਤਾਂ ਐਡੀ ਵੱਡੀ ਸਾਡੀ ਸੰਗਤ ਆ ਜਿਹੜੀ ਸੇਵਾ ਕਰਨ ਵਾਲੀ, ਉਹ ਤਾਂ 2-4 NRI ਦੀ ਡਿਊਟੀ ਲਾਈ ਹੁੰਦੀ ਆ, $20 ਲਈ ਰੋਜ਼ ਤੜਫੀ ਜਾਂਦੇ ਆ, ਰੋਜ਼ ਕਹੀ ਜਾਂਦੇ ਆ। ਮੈਂ ਇਹ ਗੱਲ ਔਨ ਰਿਕਾਰਡ ਕਹਿਣਾ ਵੀ ਬਾਕੀ ਗੱਲ ਤਾਂ ਛੱਡੋ, ਜਿਹੜੇ ਇਨਕਮ ਟੈਕਸ ਪੇਈ ਨੇ ਉਹ ਆਪਣੇ ਆਪ ਦੇਣ, ਜਿਹੜੇ NRI ਨੇ ਉਹ ਆਪਣੇ ਆਪ ਦੇਣ, ਜਿਨ੍ਹਾਂ ਦਾ ਪੈਸਾ ਇਹ ਸਰਕਾਰ ਸਾਨੂੰ ਦੱਸ ਦੇ, ਪੰਜਾਬ ਦੇ ਇਕੱਲੇ NRI ਅਤੇ ਉਰੇ ਜਿਹੜੇ ਸੇਵਕ ਨੇ ਗੁਰੂ ਦੇ, ਉਹ ਇਕੱਲਾ ਪੈਸਾ ਜਿੰਨਾ ਵੀ ਹੋਊਗਾ ਉਹ ਭਰ ਦੇਣਗੇ, 4 ਬੰਦੇ ਹੀ ਭਰ ਦੇਣਗੇ, ਮੈਂ ਤੁਹਾਨੂੰ ਦੱਸਾਂ, ਇੰਨੇ ਸ਼ਰਧਾਲੂ ਨੇ ਲੋਕ। ਅਤੇ ਇਸ ਕਰਕੇ ਇਹ SGPC ਵਾਲੇ, ਜਿਹੜਾ ਕੋਈ ਚੰਗਾ ਸਿੱਖ ਆ, ਜਿਹੜਾ ਗੁਰੂ ਦਾ ਸਿੱਖ ਆ, ਨਾ ਉਹ ਇਹਨਾਂ ਦੀ SGPC 'ਚ, ਨਾ ਇਹਨਾਂ ਦੇ ਜਥੇਦਾਰ, ਇਹ ਤਾਂ ਬਾਦਲਾਂ ਦੀ ਜੇਬ 'ਚੋਂ ਨਿਕਲੇ ਹੋਏ ਜਥੇਦਾਰ ਨੇ, ਇਹ ਕਿਸੇ ਕੌਮ ਨੂੰ ਕੀ ਸੁਨੇਹਾ ਦੇਣਗੇ? ਇਸ ਕਰਕੇ ਮੈਂ ਤਾਂ ਸਾਫ਼ ਤੌਰ 'ਤੇ ਕਹਿਣਾ, ਇਹ ਬਿਲਕੁਲ ਗਵਾਰ, ਜਿਨ੍ਹਾਂ ਨੇ ਬਿਲਕੁਲ ਸਿੱਖੀ ਦਾ ਪ੍ਰਚਾਰ ਤਾਂ ਕੀ ਕਰਨਾ ਸੀ, ਇਹਨਾਂ ਨੇ ਆਪਣੇ ਆਪ ਨੂੰ ਧਰਮ ਤੋਂ ਉੱਤੇ ਬਿਠਾਇਆ। ਇਹ ਵੀ ਇੱਕ ਇਨਸਾਨ ਨੇ, ਮੈਨੂੰ ਇਹ ਦੱਸੋ, ਇਹ ਇਹਨਾਂ 'ਚ ਕਿਹੜੀ ਤਾਕਤ ਆ ਜੀ? ਉਹ ਜਥੇਦਾਰ ਫੂਲਾ ਸਿੰਘ ਜਿਨ੍ਹਾਂ 'ਚ ਤਾਕਤ ਸੀ, ਜਿਨ੍ਹਾਂ ਦੇ ਹੁਕਮ 'ਤੇ ਮਹਾਰਾਜਾ ਰਣਜੀਤ ਸਿੰਘ ਕੋੜੇ ਖਾਣ ਨੂੰ ਖੜ੍ਹਾ ਸੀ, ਉਹ ਤਾਂ ਸੀ ਜਥੇਦਾਰ, ਉਹ ਸੀ ਰਾਜਾ, ਅਤੇ ਇਹ ਤਾਂ ਉਹ ਨੇ ਪਹਾੜੇ ਦੇ ਟੱਟੂ, ਜਿਨ੍ਹਾਂ ਦੇ ਬਾਦਲਾਂ ਦੇ ਕਹੇ 'ਤੇ ਜਿਨ੍ਹਾਂ ਨੇ ਹੁਕਮਨਾਮੇ ਜਾਰੀ ਕਰਤੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਕੀਤੀ ਹੋਵੇ, ਇਸ ਕਰਕੇ ਇਹਨਾਂ ਤੋਂ ਆਪਾਂ ਕੀ ਆਸ ਰੱਖ ਸਕਦੇ ਹਾਂ? ਇਸ ਕਰਕੇ ਇਹ ਤਾਂ ਸਟੇਜਾਂ 'ਤੇ ਬੈਠੇ ਵੀ ਚੰਗੇ ਨਹੀਂ ਲੱਗਦੇ। SGPC ਦੀ ਲਾਸਟ ਕੁਐਸਚਨ ਆ ਮੇਰਾ ਕਿ SGPC ਦੀ ਇਲੈਕਸ਼ਨ ਵੀ ਅਨਾਊਂਸ ਹੋ ਗਈ ਸ਼ਾਇਦ 27 ਤਰੀਕ, ਜਿਹੜੀ ਆ ਮਿੱਥੀ ਗਈ ਹੈ, ਕਿਵੇਂ ਦੇਖਦੇ ਹੋ ਹੁਣ ਤੁਸੀਂ ਪੰਜਾਬ ਦੇ ਵਿੱਚ? ਹੋਰ ਦੱਸਾਂ, ਜੇ ਇਹ SGPC ਵਾਲੇ ਜਾਂ ਜਥੇਦਾਰ ਇਹ ਸਾਰਾ ਦਿਨ ਗੁਰਦੁਆਰਿਆਂ 'ਚ ਬਹਿੰਦੇ ਨੇ, ਸਾਰਾ ਦਿਨ ਜਿੱਥੇ ਪਾਠ ਚੱਲਦਾ, ਗੁਰੂ ਗ੍ਰੰਥ ਸਾਹਿਬ ਦਾ ਪਾਠ ਹੁੰਦਾ, ਕੀਰਤਨ ਹੁੰਦਾ, ਉੱਥੇ ਇਹ ਬਹਿੰਦੇ ਆ, ਅਤੇ ਇਹਨਾਂ ਨੂੰ ਕਦੇ ਵੀ ਗੁਰੂ ਦੀ ਬਾਣੀ ਦਾ ਇਹਨਾਂ ਨੂੰ ਇੱਕ ਅਕਸ਼ਰ ਵੀ ਕਦੇ ਸਮਝ ਨਹੀਂ ਆਇਆ। ਗੁਰੂ ਤਾਂ ਹਮੇਸ਼ਾ ਕਹਿੰਦਾ ਸਮਰਪਿਤ, ਹਮੇਸ਼ਾ ਬੜੇ ਬਣੋ, ਮਾਫ਼ ਕਰੋ ਹਰੇਕ ਨੂੰ, ਅਤੇ ਜੇ ਇਹ ਐਡੇ ਵੱਡੇ ਸੀ, ਇਹ ਤਾਂ ਕਹਿੰਦੇ ਜੀ ਸਰਕਾਰ ਦੀ ਜਿਹੜੀ ਸਟੇਜ ਆ ਜਾਂ ਕੋਈ ਵੀ ਇੱਕ ਸਟੇਜ ਆ ਜਿੱਥੇ ਪ੍ਰਧਾਨ ਮੰਤਰੀ ਆ, ਕਿਉਂਕਿ ਦੁਨੀਆ ਦੇਖ ਰਹੀ ਆ, ਗੁਰੂ ਨਾਨਕ ਦੇਵ ਜੀ ਦਾ 550 ਸਾਲਾਂ ਸਾਡੀ ਜ਼ਿੰਦਗੀ 'ਚ ਦੁਬਾਰਾ ਤਾਂ ਆਉਣਾ ਨਹੀਂ, ਅਤੇ ਇਸ ਕਰਕੇ ਇਹਨਾਂ ਨੂੰ SGPC ਵਾਲਿਆਂ ਨੂੰ ਜਥੇਦਾਰ ਨੂੰ ਆਪ ਕਹਿਣਾ ਚਾਹੀਦਾ ਸੀ ਵੀ ਕੋਈ ਸਟੇਜ ਨਹੀਂ ਲੱਗੇਗੀ ਜਦੋਂ ਪ੍ਰਾਈਮ ਮਿਨਿਸਟਰ ਇੱਕ ਆ, ਚੀਫ ਮਿਨਿਸਟਰ ਇੱਕ ਆ, ਉਹ ਲੋਕ ਚੁਣਦੇ ਆ, ਅਤੇ ਜਿੱਥੇ ਇੱਕ ਸਟੇਜ ਬਣਾ ਦਿਓ ਭਾਈ, ਅਸੀਂ ਉੱਥੇ ਨੰਗੇ ਪੈਰ ਚੱਲ ਕੇ ਆਵਾਂਗੇ। ਦੱਸੋ, ਜਿਹੜਾ ਇੱਕ ਬਾਣੀ ਨਾਲ ਜੁੜਿਆ ਹੋਇਆ ਇਨਸਾਨ ਹੋਵੇ, ਜਿਹੜਾ ਧਾਰਮਿਕ ਇਨਸਾਨ ਹੋਵੇ, ਉਹਨੂੰ ਸਿਆਸਤ ਕਰਨ ਦਾ ਕੀ ਮਤਲਬ? ਇਹ ਤਾਂ ਹੈਂਕੜ ਹੋ ਗਈ ਫਿਰ ਕਾਂਗਰਸੀਆਂ 'ਚ ਵੀ, ਮੈਂ ਮੂੰਹ 'ਤੇ ਕਹਿੰਦਾ ਕਿ ਕਾਂਗਰਸੀਆਂ ਦੇ ਵਿੱਚ ਵੀ ਫਿਰ ਹੈਂਕੜ ਆ ਬਈ, ਉਹਨਾਂ ਦੀ ਸਰਕਾਰ ਆ, ਉਹ ਚੀਫ ਮਿਨਿਸਟਰ ਨੇ, ਉਹ ਲੋਕਾਂ ਨੇ ਚੁਣੇ ਹੋਏ ਚੀਫ ਮਿਨਿਸਟਰ ਨੇ। 2002-07 ਸਰਕਾਰ ਰਹੀ ਆ, ਉਦੋਂ ਜਿਹੜੀ ਸ਼ਤਾਬਦੀ ਮਨਾਏਗੀ, ਜੇ ਉਦੋਂ ਕੈਪਟਨ ਸਾਹਿਬ ਉਹਨਾਂ ਦੀ ਸਟੇਜ ਦੇ ਉੱਤੇ ਜਾ ਸਕਦੇ ਆ, ਤਾਂ ਫਿਰ ਇਸ ਵਾਰੀ ਕਿਉਂ ਨਹੀਂ ਜਾ ਸਕਦੇ? ਨਹੀਂ, ਮੈਂ ਕਹਿੰਦਾ ਇੱਕ ਇਸ਼ੂ ਆ ਗਿਆ, ਜਦੋਂ
ਵੱਡਾ ਮੈਂ ਤਾਂ ਇਹੀ ਤਾਂ ਮੈਂ ਤੁਹਾਡੇ ਨਾਲ ਗੱਲ ਕਰੀ ਆ ਵੀ ਆ ਗਿਆ ਇਸ਼ੂ, ਚਲੋ ਫਿਰ ਬੜਾਪਣ ਦਿਖਾਉਣਾ ਚਾਹੀਦਾ ਸੀ ਜਿਹੜੇ ਗੁਰੂ ਦੀ ਬਾਣੀ ਪੜ੍ਹਦੇ ਆ, ਜਿਹੜੇ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਕਹਿੰਦੇ ਆ, ਫਿਰ ਉਹਨਾਂ 'ਚ ਕੀ ਫਰਕ ਰਹਿ ਗਿਆ ਦੂਜੇ 'ਚ ਜੀ? ਉਹ ਬੜਾਪਣ ਦਿਖਾਉਂਦੇ ਵੀ ਅਸੀਂ ਆਉਂਦੇ ਹਾਂ ਸਟੇਜ 'ਤੇ ਜੀ, ਅਸੀਂ ਰੋਜ਼ ਗੁਰੂ ਦੀ ਬਾਣੀ ਪੜ੍ਹਦੇ ਹਾਂ, ਅਸੀਂ ਜਥੇਦਾਰ ਹਾਂ, ਅਸੀਂ ਪ੍ਰਧਾਨ ਹਾਂ, ਅਤੇ ਉਹ ਉਹਨਾਂ 'ਚ ਤਾਂ ਆਮ ਬੰਦੇ ਦੇ ਇਨਸਾਨ 'ਚ ਫਰਕ ਹੀ ਰਹਿ ਗਿਆ। ਫਿਰ ਉਹਨਾਂ ਦੇ ਹੁਕਮਨਾਮਿਆਂ 'ਚ, ਉਹਨਾਂ ਦੇ ਜਿਹੜੇ ਰੋਜ਼ ਉਹ ਲੈਕਚਰ ਕਰਦੇ ਆ, ਅਤੇ ਲੋਕ ਉਹਨਾਂ ਨੂੰ ਕਿਉਂ ਮੰਨਣ ਜੀ? ਫਿਰ ਜਦੋਂ ਆਮ ਇਨਸਾਨ 'ਚ, ਜਿਹੜਾ ਦੁਨਿਆਵੀ ਦੁਨੀਆ 'ਚ ਸਾਡੇ ਵਰਗਾ ਤੁਹਾਡੇ ਵਰਗਾ ਏ, ਅਤੇ ਉਹਨਾਂ 'ਚ ਅੰਤਰ ਕੀ ਰਹਿ ਗਿਆ? ਫਿਰ ਬੜਾਪਣ ਕੀ ਰਹਿ ਗਿਆ ਉਹਨਾਂ 'ਚ? ਫਿਰ ਉਹ ਵੀ ਇੱਕ ਆਮ ਇਨਸਾਨ ਹੋ ਗਏ ਛੋਟੀ ਗੱਲ ਕਰਕੇ? ਅਤੇ ਇਸ ਕਰਕੇ ਉਹਨਾਂ ਨੂੰ ਚਾਹੀਦਾ ਸੀ ਵੀ ਜਿਵੇਂ ਮਰਜ਼ੀ ਵੀ ਭਾਈ ਅਸੀਂ ਮੂਹਰੇ ਹੋ ਕੇ ਇਹ ਗੱਲ ਨੂੰ ਕਰਦੇ ਹਾਂ, ਪ੍ਰਾਈਮ ਮਿਨਿਸਟਰ ਆਉਣ, ਇੱਕ ਸਟੇਜ 'ਤੇ ਆਉਣ। ਐਸ ਜੀ ਪੀ ਸੀ ਤਾਂ ਸਭ ਨੂੰ ਪਤਾ ਏ, ਐਸ ਜੀ ਪੀ ਸੀ ਕਿਹਦੀ ਆ ਸਭ ਨੂੰ ਪਤਾ, ਬਾਦ ਕੋਈ ਭੁਲੇਖਾ ਤਾਂ ਨਹੀਂ ਗਾ। ਐਸ ਜੀ ਪੀ ਸੀ ਤਾਂ ਬਾਦਲਾਂ ਦੇ ਚੋਣ ਨਿਸ਼ਾਨ 'ਤੇ ਲੜਕੀ ਐਸ ਜੀ ਪੀ ਸੀ ਮੈਂਬਰ ਬਣੇ ਆ, ਕੋਈ ਇਹ ਨਹੀਂ ਹੈ ਵੀ ਕੋਈ ਉਹ ਵੱਖਰੇ ਬਣੇ ਹੋਏ ਆ, ਉਹ ਤਾਂ ਬਾਦਲਾਂ ਦੀ ਮੋਹਰ ਲੱਗ ਕੇ ਹੀ ਬਣੇ ਹੋਏ ਆ ਨਾ, ਅਤੇ ਇਸ ਕਰਕੇ ਉਹ ਤਾਂ ਬਾਦਲਾਂ ਦੀ ਉਹ ਗੱਲ ਕਰਨਗੇ। ਪਰ ਅਕਾਲ ਤਖਤ ਦਾ ਜਥੇਦਾਰ ਆ ਜਿਹੜਾ, ਜੇ ਉਹ ਬਾਦਲਾਂ ਦੀ ਜੇਬ 'ਚੋਂ ਪਰਚੀ ਨਾ ਨਿਕਲੀ ਹੁੰਦੀ, ਉਹ ਤਾਂ ਬੜੀ ਗੱਲ ਕਰ ਸਕਦਾ ਸੀ, ਪਰ ਉਹਨੇ ਵੀ ਨਹੀਂ ਕੀਤੀ ਗੱਲ। ਇਸ ਕਰਕੇ ਇਹ ਦੁੱਖ ਦੀ ਗੱਲ ਆ। ਪਰ ਹੁਣ ਮੇਰੀ ਇੱਕ, ਮੈਂ ਕੋਈ ਬਾਹਲਾ ਸਿਆਣਾ ਨਹੀਂ ਗਾ, ਮੇਰਾ ਕੋਈ ਤਜਰਬਾ ਵੀ ਬਾਹਲਾ ਨਹੀਂ ਗਾ, ਪਰ ਮੈਂ ਅੱਜ ਇਹ ਸਾਰੇ ਮੀਡੀਆ ਮੂਹਰੇ ਵੀ ਇਹੀ ਰਿਕੁਐਸਟ ਕੀਤੀ, ਅੱਜ ਮੈਂ ਅਖਬਾਰ ਵੀ ਜਦੋਂ ਦੇਖੇ ਸਵੇਰੇ, ਸਭ ਖਬਰਾਂ ਗੁਰੂ ਦੀਆਂ, ਬਾਣੀ ਦੀਆਂ ਪਿੱਛੇ ਸੀ, ਅਤੇ ਸਭ ਤੋਂ ਵੱਡੀਆਂ ਖਬਰਾਂ ਸਟੇਜ ਦੀਆਂ ਸੀ ਵੀ ਕਿੰਨੀਆਂ ਸਟੇਜਾਂ ਲੱਗ ਰਹੀਆਂ। ਉਹ ਇਹ ਸਟੇਜਾਂ ਪੋਲੀਟੀਕਲ ਪਾਰਟੀਆਂ ਨੇ, ਚਾਹੇ ਅਸੀਂ ਆ ਚਾਹੇ ਕੋਈ ਆ, ਇਹ ਲੱਗਦੀਆਂ ਆਈਆਂ, ਲੱਗਦੀਆਂ ਰਹਿਣੀਆਂ, 550 ਸਾਲਾਂ ਨਹੀਂ ਆਉਣਾ ਇਸ ਗੱਲ 'ਤੇ। ਇਹ ਗੱਲਾਂ ਨੂੰ ਪਿੱਛੇ ਛੱਡ ਕੇ ਸਿਰਫ ਗੁਰਦੁਆਰਾ ਸਾਹਿਬ ਦੀ, ਗੁਰੂ ਨਾਨਕ ਦੇਵ ਸਾਹਿਬ ਦੀ, ਸਾਨੂੰ ਗੁਰੂ ਗ੍ਰੰਥ ਸਾਹਿਬ ਦੀ, ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ। ਇਹ ਸਟੇਜਾਂ ਸਟੂਜਾਂ ਵਾਲੇ ਜੋ ਕਰਦੇ ਆ, ਇਹਨਾਂ ਨੂੰ, ਇਹ ਸਿਆਸੀ ਲੋਕ ਨੇ, ਸਿਆਸਤ ਕਰਦੇ ਰਹਿਣਾ, ਸਿਆਸਤ ਚੱਲਦੀ ਰਹਿਣੀ ਆ, ਇਸੇ ਤਰੀਕੇ ਨਾਲ ਰਹਿਣਾ। ਪਰ ਮੀਡੀਆ ਨੂੰ ਅਤੇ ਬਾਕੀ ਸਭ ਨੂੰ ਸਿਰਫ ਕੇਂਦਰ ਧਿਆਨ ਆ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਵੱਲ ਅਤੇ 550 ਸਾਲਾਂ ਅਤੇ ਸੰਤ ਮਹਾਂਪੁਰਸ਼ਾਂ ਵੱਲ ਕਰਨਾ ਚਾਹੀਦਾ। ਇਸ ਦੀਆਂ ਗੱਲਾਂ ਨੂੰ ਬਿਲਕੁਲ ਅਹਿਮੀਅਤ ਆ ਜਿਹੜੀ ਮੈਂ ਸਮਝਦਾ ਉਹ ਦੇਣੀ ਨਹੀਂ ਚਾਹੀਦੀ। ਜੋ ਮੇਰੇ ਕੋਲ ਇਨਫੋਰਮੇਸ਼ਨ ਆ ਹੁਣ ਤੱਕ, ਉਹ ਪ੍ਰਾਈਮ ਮਿਨਿਸਟਰ ਸ਼ਾਇਦ ਦੋਨੋਂ ਸਟੇਜਾਂ 'ਤੇ ਉਰੇ ਆ ਰਹੇ ਆ, ਐਸ ਜੀ ਪੀ ਦੀ ਸਟੇਜ 'ਤੇ ਵੀ ਜਾਣਗੇ, ਅਤੇ ਉਹ ਜਿਹੜੀ ਗਵਰਨਮੈਂਟ ਦੀ ਸਟੇਜ ਆ ਉਹਤੇ ਵੀ ਜਾਣਗੇ। ਧੰਨਵਾਦ ਗੱਲਬਾਤ ਕਰਨ ਲਈ। ਸੋ ਇਹ ਨਵੀਂ ਗੱਲ ਰਵਨੀਤ ਬਿੱਟੂ ਹੋਣਾ ਨੇ ਦੱਸੀ ਹੈ ਕਿ ਦੋਵਾਂ ਦੀਆਂ ਸਟੇਜਾਂ ਦੇ ਉੱਪਰ ਪ੍ਰਧਾਨ ਮੰਤਰੀ ਹੋਣੀ ਜਾਣਗੇ। ਫਿਲਹਾਲ ਜਿਸ ਤਰੀਕੇ ਦੇ ਨਾਲ ਬਾਬੇ ਨਾਨਕ ਦੀ ਬਾਣੀ ਕਹਿੰਦੀ ਹੈ ਕਿ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਸੀਗਾ, ਪਰ ਉਸ ਤਰੀਕੇ ਨਾਲ ਸੰਸਾਰ ਦੇ ਵਿੱਚ ਨਹੀਂ ਦੇਖਣ ਨੂੰ ਮਿਲ ਰਿਹਾ, ਕਿਉਂਕਿ ਇਹ ਸ਼ਤਾਬਦੀ ਵਾਕਈ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਆਊਗੀ। ਕੋਈ ਕਿਸਮਤ ਵਾਲਾ ਹੀ ਹੋਊਗਾ ਕਿ ਇਹ ਸ਼ਤਾਬਦੀ ਦੁਬਾਰਾ 600 ਸਾਲ ਜਿਹੜਾ ਆ ਉਹ ਦੇਖੇਗਾ, ਪਰ ਜਿਸ ਤਰੀਕੇ ਨਾਲ ਇਸ ਮੌਕੇ ਸਿਆਸਤ ਹੋ ਰਹੀ ਆ ਜਾਂ ਫਿਰ ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਉਹ ਵਾਕਈ ਤਰਸਯੋਗ ਆ, ਕਿਉਂਕਿ ਇਸ ਸਭ ਦੇ ਵਿੱਚ ਲੋਕ ਪਿਸਦੇ ਆ। ਕੈਮਰਾਮੈਨ ਪਵਨ ਦੇ ਨਾਲ ਮਨਦੀਪ ਸਿੰਘ, ਦੈਨਿਕ ਸਵੇਰਾ ਟੀਵੀ, ਸੁਲਤਾਨਪੁਰ ਲੋਧੀ।